ਇਹ ਸੋਹਣੀ ਜਿਹੀ ਤਿੱਤਲੀ ਅਸਲ ਵਿੱਚ ਇੱਕ ਕ੍ਰੈਂਕਿੰਗ ਤਿੱਤਲੀ ਹੈ। ਇਸ ਲਈ ਸਾਨੂੰ ਲੋੜ ਹੈ ਇੱਕ ਲਚਕੀਲੀ ਤਾਰ, ਰੀਫਿਲ, ਮੋਤੀ, ਸਟੈਰੋਫੋਮ। ਤਿੱਤਲੀ ਦੇ ਖੰਭ ਵਰਟੀਕਲ ਦਿਸ਼ਾ ਵਿੱਚ ਬਣਿਆ ਸਟੈਰੋਫੋਮ ਦੇ ਉੱਤੇ ਕਬਜ਼ੇ ਵਾਂਗ ਲਗਾਉਣਾ ਹੈ। ਲਚਕਦਾਰ ਤਾਰ ਨੂੰ ਰੀਫਿਲ ਵਿੱਚ ਪਾ ਦਿਓ ਅਤੇ ਤਾਰ ਨੂੰ ਦੋਨੋਂ ਕੋਨਿਆਂ ਦੇ ਜਾਂ ਐਂਡਸ 'ਤੇ ਮੋੜ ਕੇ ਕ੍ਰੈਂਕ ਸ਼ੇਪ ਵਿੱਚ ਬਣਾ ਲਓ। ਇੱਕ ਮੋਤੀ ਤਾਰ ਦੇ ਕੋਨੇ 'ਤੇ ਪਰੋਵੋ ਅਤੇ ਫਿਰ ਇਸ ਨੂੰ ਤਿੱਤਲੀ ਦੇ ਖੰਭ ਵਾਲੀ ਤਾਰ ਨਾਲ ਜੋੜ ਦੇਵੋ। ਮੋਤੀ ਜ਼ਿਆਦਾ ਫ੍ਰਿਕਸ਼ਨ ਪੈਦਾ ਹੋਣ 'ਤੇ ਬਚਾਏਗਾ। ਸੱਜੇ ਪਾਸੇ ਦੀ ਤਾਰ ਵੱਲ ਇੱਕ ਰੀਫਿਲ ਫ੍ਰਿਕਸ਼ਨ ਟਰਾਇਲ ਲਈ ਰੱਖੋ। ਸੱਜੇ ਪਾਸੇ ਦੀ ਤਾਰ ਵੱਲ ਇੱਕ ਰੀਫਿਲ ਟਰਾਇਲ ਤੌਰ 'ਤੇ ਰੱਖੋ ਅਤੇ ਤਾਰ ਦੇ ਦੋਨੋਂ ਸਿਰੇ ਮੋੜ ਦੇਵੋ। ਹੁਣ ਇਹ ਖਿਡੌਣਾ ਤਿਆਰ ਹੈ। ਜਿਵੇਂ ਹੀ ਤੁਸੀਂ ਕ੍ਰੈਂਕ ਨੂੰ ਹਿਲਾਓਗੇ ਉਦੋਂ ਜੋੜਵੀਆਂ ਤਾਰਾਂ ਉੱਪਰ ਥੱਲੇ ਹੋਣਗੀਆਂ। ਇਸ ਨਾਲ ਇਹ ਸੋਹਣੀ ਤਿੱਤਲੀ ਦੇ ਖੰਭ ਫੜਫੜਾਉਣਗੇ। ਇਹ ਆਪਣੇ ਖੰਭ ਫੜਫੜਾਏਗੀ। ਇਹ ਤਿੱਤਲੀ ਦੇ ਖੰਭ ਇੱਕ ਪਾਰਦਰਸ਼ੀ ਟ੍ਰਾਂਸਪੇਰੈਂਟ ਪਲਾਸਟਿਕ ਨਾਲ ਬਣੇ ਹੋਏ ਨੇ ਅਤੇ ਸੁਨਹਿਰੀ ਰੰਗਾਂ ਦੀ ਟੇਪ ਨਾਲ ਸਜਾਏ ਹੋਏ ਨੇ। ਹੁਣ ਦੋ ਐਂਟੀਨਾ ਇਸ ਨਾਲ ਜੋੜੋ ਤਾਂ ਜੋ ਤਿੱਤਲੀ ਆਪਣੇ ਅਸਲੀ ਰੂਪ 'ਚ ਲੱਗੇ। ਇਹ ਗਤੀਆਤਮਕ ਡਾਇਨਮਿਕ ਖਿਡੌਣਾ ਬੱਚਿਆਂ ਨੂੰ ਬਹੁਤ ਪਸੰਦ ਆਏਗਾ। ਇਹ ਬਹੁਤ ਖੂਬਸੂਰਤ ਹੈ।